ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਵੀ ਠੀਕ ਹਾਂ ਜੀ ਵਧੀਆ ਚੜ੍ਹਦੀ ਕਲਾ 'ਚ ਅਤੇ ਇਹਦੀ ਸੀਨ ਇੱਦਾਂ ਹੈਗਾ ਵੈ ਕਿ ਸੰਡੇ ਸੀਗਾ ਅੱਜ ਸੋਮਵਾਰ ਆ ਐਤਵਾਰ ਇੰਨਾ ਜ਼ਿਆਦਾ ਮੀਂਹ ਪਿਆ ਤੁਹਾਨੂੰ ਮੈਂ ਵੀਡੀਓ ਕਲਿੱਪ 'ਚ ਪਾ ਦੂੰਗਾ ਘਰ ਦੇ ਬਾਹਰ ਕਿੰਨਾ ਪਾਣੀ ਖੜਾ ਸੀ ਦੇਖਿਆ ਕਿੰਨਾ ਪਾਣੀ ਖੜਾ ਸੀ ਬਾਹਰ ਅਤੇ ਸੰਡੇ ਦਾ ਵਲੋਗ ਕੈਂਸਲ ਹੋ ਗਿਆ ਅੱਜ ਹੈਗਾ ਸੋਮਵਾਰ ਮੈਂ ਕਿਹਾ ਤੁਹਾਨੂੰ ਪਤਾ ਸੰਡੇ ਆਪਣਾ ਫੂਡ ਵਲੋਗ ਹੀ ਹੁੰਦਾ ਵਾ ਅਤੇ ਆਪਾਂ ਕੈਂਸਲ ਤਾਂ ਕਰਨਾ ਨਹੀਂ ਖਾਣਾ ਪੀਣਾ ਆਪਾਂ ਹੈਗਾ ਹੀ ਆ ਚੱਲੇ ਹਾਂ ਅੱਜ ਕਿਤੇ ਪਾਂਡੇ ਡੋਸਾ ਚੱਲੇ ਹਾਂ ਅੱਜ ਆਪਣੇ ਨਾਲ ਹੈਗੇ ਅਰਸ਼ਦੀਪ ਸਿੰਘ ਵੀਰ ਅਰੋੜਾ ਠੀਕ ਹੈ ਜੀ ਦੱਸੋ ਆਪਣੇ ਨਵੇਂ ਚੈਨਲ ਬਾਰੇ ਜਿਹੜਾ ਆਪਣਾ ਨਵਾਂ ਚੈਨਲ ਆ ਬਾਈਟ ਐਂਡ ਬਾਈਟ ਹਾਂਜੀ ਹਾਂਜੀ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੁਸੀਂ ਸਾਡੇ ਪਹਿਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਆਲ ਸਾਨੂੰ ਇੰਨੀ ਉਮੀਦ ਨਹੀਂ ਸੀ ਜਿਹਨਾਂ ਦੀ ਵਲੌਗ ਨੂੰ ਪਿਆਰ ਦੇਵੋਗੇ ਸਹੀ ਗੱਲ ਹੈ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਨੈਕਸਟ ਟੂ ਨੈਕਸਟ ਵੀਡੀਓ ਸ਼ੋਅ ਲੈ ਕੇ ਆਉਂਦੇ ਰਹਾਂਗੇ ਚਲੋ ਆਪਾਂ ਹੁਣ ਚੱਲਦੇ ਹਾਂ ਪਾਂਡੇ ਡੋਸਾ ਦੇ ਹਾਂਜੀ ਅਸੀਂ ਪਹੁੰਚ ਗਏ ਜੀ ਪਾਂਡੇ ਡੋਸਾ ਵਾਲਿਆਂ ਕੋਲ ਦਿਖਾ ਦਿੰਦੇ ਹਾਂ ਵਿਊ ਆਹ ਦੇਖੋ ਪਾਂਡੇ ਡੋਸਾ ਤੇ ਆਪਾਂ ਇੱਥੇ ਜਾ ਕੇ ਦੇਖਦੇ ਹਾਂ ਖਾਂਦੇ ਪੀਂਦੇ ਹਾਂ ਸ਼ਾਮ ਨੂੰ ਤਾਂ ਬਹੁਤ ਰਸ਼ ਹੁੰਦਾ ਵਾ ਨਾ ਵੀਰੇ ਤੇ ਸ਼ਾਮ ਦਾ ਰੋਸ਼ ਆ ਰੋਸ਼ ਆਪਾਂ ਇਸ ਕਰਕੇ ਜਲਦੀ ਆਏ ਹਾਂ ਹਾਂ ਵਲੌਗ ਬਣਾ ਲਈਏ ਨਾਲੇ ਨਾ ਬ੍ਰੀਫ ਇਨਫੋਰਮੇਸ਼ਨ ਮਿਲ ਜੇ ਬ੍ਰੀਫ ਆਰਾਮ ਨਾਲ ਬੈ ਕੇ ਖਾਣਾ ਆਰਾਮ ਨਾਲ ਬੈ ਕੇ ਖਾਣਾਗੇ ਆਰਾਮ ਨਾਲ ਤਿਆਰ ਬਹੁਤ ਹੈ ਮੌਸਮ ਬਹੁਤ ਵਧੀਆ ਮੀਂਹ ਪੈ ਕੇ ਹਟਿਆ ਵਾ ਤੇ ਥੋੜੀ ਦੇਖ ਟਿੱਕੀ ਧੋਪਾ ਹਵਾ ਹਵਾ ਚੱਲਦੀ ਆ ਚਲੋ ਆਪਾਂ ਕਰਦੇ ਹਾਂ ਨਾਲੇ ਖਾਂਦੇ ਪੀਂਦੇ ਹਾਂ ਤੁਸੀਂ ਵੀ ਦੇਖੋ ਇੰਜੋਏ ਕਰੋ ਆਜੋ ਹਾਂਜੀ ਡੋਸਾ ਆਪਣਾ ਤਿਆਰ ਹੋ ਗਿਆ ਜੀ ਆਪਾਂ ਦਿੱਤਾ ਸੀ ਮਸਾਲਾ ਡੋਸੇ ਦਾ ਆਰਡਰ ਤੇ ਮੈਂ ਤਾਂ ਵੈਸੇ ਓਬਵੀਅਸਲੀ ਸਹੀ ਗੱਲ ਦੱਸਾਂਗਾ ਜੀ ਮੈਂ ਤਾਂ ਵਿਆਹਾਂ ਦੀ ਖਾਧਾ ਵਾ ਡੋਸਾ ਮਸਾਲੇ ਡੋਸੇ ਦਾ ਆਰਡਰ ਤੇ ਆਪਾਂ ਇਹਨੂੰ ਖਾਣੇ ਆ ਜਸਟ 100 ਰੁਪਏ ਹਨਾ ਜਸਟ 100 ਰੁਪਏ ਇਹ ਸਾਂਬਰ ਹੈ ਜੀ ਓਕੇ 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 ਅਸੀਂ ਦੇਖਦੇ ਹਾਂ ਜੀ ਖਾ ਕੇ ਤੇ ਤੁਸੀਂ ਬਲੌਗ ਚ ਦੇਖੋ ਤੇ ਪਾਣੀ ਆ ਰਿਹਾ ਦੇਖ ਕੇ ਲੋ ਜੀ ਡੋਸਾ ਅਸੀਂ ਖਾ ਰਹੇ ਹੈਗੇ ਆ ਤੇ ਇੰਨਾ ਜ਼ਿਆਦਾ ਸਵਾਦ ਨਾ ਇੰਨਾ ਜ਼ਿਆਦਾ ਸੌਫਟ ਡੋਸਾ ਤੇ ਜਿਹੜੀਆਂ ਚਟਣੀਆਂ ਨੇ ਬਹੁਤ ਭਾਜੀ ਕਹਿੰਦੇ ਵੀ ਇਹ ਸਾਊਥ ਤੋਂ ਆਉਂਦੀਆਂ ਮਤਲਬ ਜੋ ਵੀ ਚੀਜ਼ਾਂ ਆਉਂਦੀਆਂ ਤੇ ਆਹ ਸੌਸ ਵਗੈਰਾ ਪਿਆਜ ਪਨੀਰ ਆਲੂ ਕਿਆ ਬਾਤ ਹੈ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ ਨਾ ਆਹ ਮਸਾਲਾ ਡੋਸਾ ਖਾ ਲਓ ਪਨੀਰ ਮਸਾਲਾ ਡੋਸਾ ਢਿੱਡ ਭਰ ਜਾਣਾ ਆਰਾਮ ਨਾਲ ਹੈ ਵੀ ਬਹੁਤ ਹੈਗਾ ਵਾ ਹੈ ਵੀ ਆ ਵੈਸੇ ਹੈ ਵੀ ਬਹੁਤ ਟੇਸਟ ਵਧੀਆ ਵਾ ਬਹੁਤ ਵਧੀਆ ਬਣਾਇਆ ਯਾਰ ਭਾਂਡੇ ਡੋਸਾ ਵਾਲੀ ਦੁਕਾਨ ਹੈ ਮਤਲਬ ਇਹ 20 ਸਾਲ ਪੁਰਾਣੀ ਨਾ ਭਾਈ 20 ਸਾਲ ਪੁਰਾਣੀ ਹੁਣ ਆਪਾਂ ਚੱਲਦੇ ਹਾਂ ਨੈਕਸਟ ਦੇਖਦੇ ਹਾਂ ਹੁਣ ਕੀ ਕਰਨਾ ਅੱਗੇ ਹਰਿਆਂਡਾ ਕੋਈ ਫੈਨ ਹੈ ਨੀਗਾ ਤੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਤੇ ਬਹੁਤ ਵਧੀਆ ਲੱਗਿਆ ਯਾਰ ਡੋਸਾ ਖਾ ਕੇ ਨਜ਼ਾਰਾ ਆ ਗਿਆ ਆਜੋ ਆਪਾਂ ਅਗਲੇ ਦੇਖਦੇ ਹਾਂ ਹੁਣ ਕਿੱਥੇ ਹੁੰਦੇ ਹਾਂ ਆਪਾਂ ਰੱਬ ਉਹ ਗੋਲ ਗੱਪੇ ਬਾਹਰ ਆਇਆ ਆਇਆ ਬਾਹਰ ਉਹ ਅੰਦ ਬਾਹਰ ਆਇਆ ਤੂੰ ਕਹਿੰਦੇ ਜੀ ਮੁੰਡੇ ਪੀਂਦੇ ਆ ਸਟਿੰਗ
मैं प्रारंभ करने लगे चैलेंज चैलेंज ऐसा है वा कि असि इस थिंग जी है बिना हाथ लाए पीनिया ने ठीक है बिना हाथ लाए पीनिया ने तो मतलब ढक्कन हाथ ना खोल लागे ढक्कन हाथ ना खोल के बाद मतलब फिर मुंह चक के इदा पीनिया ठीक है हुण देखदे आ सब तो पहला कौन पींदा मैं पीना या प्रभ पींदा वा असि देखदे आ जिहड़ा जित जूगा उहनू मिलूगा मंच जिहड़ा जित जूगा मैनू पता यार इहने हारना मैनू पता देख लांगे हाथ पिछे कर लो हाथ पिछे रहणगे वीरे हाथ पिछे 1 2 2 3 रुक जा 1 2 3 चले एक काम कर 200 रुपए दे और 50 रुपए कट ओवर एक्टिंग के वजह से तो ही चैलेंज ही फेल हो गया साढ़े दोनों तो ही ते आ देखो प्रभ दे काम कारनामे मुंह दे विच आ देखो सीट लपेटती सारी आ देख छी 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 थू है यार तेरे दे नहीं पीती जांदी की करे बंदा यार पी तो लेनी ही पता चक्कर की आ इहदे विच ओ बहुत आ फेस बहुत आ नहीं नहीं फेस नहीं जिहड़े ओहनू मतलब पीने ना एक तां वड्डी आ ना पहलां इहनू मैं कहा आपां ओह ले लैंदे आ फेस ले लैंदे आ जिहड़ी हैप्पी हुंदी आ पर इह मन्निया नहीं कहिंदा मैं स्टिंग पीनी आ इहदा सिर दुखदा वा इहने अपना लोट देखिआ सिर दुखदा कहिंदा मैं ठीक हो जाऊंगा स्टिंग लै लई इहने हुण देखो स्टिंग पीनी आ स्टिंग क्या सीगा मैं तां स्टिंग पीती भी नहीं कोई जित्तिआ कोई भी नहीं मैनू पता की दिक्कत आई यार मैनू दिक्कत आई मतलब घुट भरने कोई दिक्कत नहीं मेनू ऐसी भी ना बार मतलब डिग रही थी बोतल हाँ। चाकनी थी हो रही यार चाकनी थी हो रही डिग रही थी बोतल सारा ही बार डोलता मेनू कहना मैं जित गया मैं थोड़े तो वध पीता लै ला तू कितों वध पीता यार तू हुण इह तां भाई किसे काम नहीं है ये आपां कहदा की करना कह दांगे भी दोनों चिट्टे आ ते दोने कौन दिते है यार दिते दा कोई भी नहीं जितया कोई नहीं हम खा लें हम फिटरिया तो है नी गलत हो गया यार काम चैलेंज बनया नहीं गा पर नेक्स्ट टाइम ट्राई करांगे अगली बारी ना वो लवांगे यार आपां जी हैप्पी फेस हैप्पी लवांगे फेस यार इको ही नाम हैप्पी फेस नाम हैप्पी फेस समझदार हो तो ही एदे वांगू दा नहीं समझदार होना बस ठीक है सारी कला ठीक है वीर नहीं लिता जड़ा रहा मैं खत्म कर लू आ देखो ये काम आ देखो ना मेरी बात की हो गया ओ लै बात भी पाई बैठा था अपनी जेड़ा हुण दबिया तेरे ते पिया देखो जी देखो कहना जेड़ा दूजे ना बुरा करता ओदा पहला बुरा हुंदा तुसीं देखिया ना सीन मैं पी रहा सीगा इहने बोतल दबी मेरा एक बूंद मेरे ते नहीं पई सगो मेरा जूठा जी बांह उत्ते पै गया आ देखो सारी स्कूटरी लपेटती उन्हें धोनी पैनी है यही तो होगा मेनू कुछ नहीं पता हुण आपां आप तां कीती नहीं वीरे तो ही कराई आह चैलेंज आ भी मैं इत्थे बैठांगा ते वीरे ने इहनू ऐ चकना वा चक के दिखा दांगे एड्डी केड़ी गल आ जेड़ा जिन्ने ज्यादा मैं भी करांगा जेड़ा जिन्ने ज्यादा करूं चॉकलेट ओदी ठीक है चल ठीक है कौन है ये लोग कहां से आते हैं खो इन्ना बहुत ही सियाने नु किन्ने आप किन्ना पढ़े हो ये दसो पहला क्यों की होया पहला दसो किन्ना पढ़े हो मैं बीटेक की है बीटेक की है बीटेक दे विच नर्सरी तो बीटेक तक कदे ए नहीं पता चले इनु कहंदे की आ इना नु एही नहीं पता इनु सीसो नु कहंदे की आ सीसो नु कहंदे केड़ा झुल्ला सीसो की होनु सीसो ही कहंदे आ अंग्रेजी मीडियम पढ़ने वाले मतलब सीबीएसई असि पंजाब बोर्ड इना दिमाग लोड नहीं पाई अंग्रेजी अंग्रूजी का
ਪ੍ਰਭ ਤਾਂ ਯਾਰ ਮੇਰੇ ਤੋਂ ਹਿਲਾ ਹੀ ਨੀ ਹੋਇਆ, ਤੁਸੀਂ ਦੇਖਿਆ ਹੋਣਾ ਵਲੋਗ ਚ, ਹੈਂ ਮਤਲਬ ਇੰਨਾ ਜ਼ੋਰ ਲਾਇਆ ਮੈਂ, ਇੰਨਾ ਜ਼ੋਰ ਲਾਇਆ ਹਿੱਲਿਆ ਹੀ ਨੀ ਮੇਰੇ ਤੋਂ। ਇਹ ਕਿਆ ਜਿਮ ਜਾਓ ਮੇਰੇ ਵਾਂਗੂ ਸਵੇਰੇ ਸਵੇਰੇ। ਇਹ ਗਾਈਸ ਬਿਲਕੁਲ ਗੱਪ ਹੈ, ਜਿਮ ਜੁਮ ਨੀ ਲੱਗਿਆ ਲੱਗਿਆ ਇਹ ਬਸ ਖਾ ਕੇ ਪਰੌਂਠੇ ਸੋ ਜਾਂਦਾ ਵਾਲੇ ਢਿੱਡ ਦੇਖੋ ਗਾਗਰ ਜੀ ਨੇ ਵਧਾਈ ਅੱਡੀ। ਹਾਂ ਥੋੜੇ ਬੰਦੇ ਨੂੰ ਪਤਾ ਤਾਂ ਚੱਲੇ ਵੀ ਖਾਂਦੇ ਪੀਂਦੇ ਘਰ ਦਾ, ਐ ਨਾ ਪਤਾ ਚੱਲੇ ਵੀ ਆਖੇ ਕਮਜ਼ੋਰੀ ਦੇ ਨਾਲ ਭੋਲੀ ਹੋ ਜਾਇਆ ਯਾਰ। ਸੱਚੀ ਮਜ਼ਾ ਆ ਗਿਆ ਕਿ ਸੀਸੋ। ਹਾਂ ਸੀਸੋ ਯਾਰ ਚੌਕ ਹੀ ਨੀ ਹੋਇਆ ਮੇਰੇ ਤੋਂ। ਸੀਸੋ ਕੀ ਤੁਸੀਂ ਊ ਕਿਹੜਾ ਮੈਨੂੰ ਚੱਕ ਸਕਦੇ ਹੋ? ਚਲੋ ਤੁਸੀਂ ਮੈਨੂੰ ਕਿਸੇ ਚੀਜ਼ ਚ ਨੀ ਹਰਾ ਸਕਦੇ, ਕਿਸੇ ਚੀਜ਼ ਚ ਨੀ। ਹਾਂ ਬਸ ਇੱਕ ਚੀਜ਼ ਚ ਹਰਾ ਸਕਦੇ ਹੋ ਤੁਸੀਂ ਮੈਨੂੰ, ਕਿਹ ਚ? ਕਪੋਸ਼ਿਤ ਚ। ਕਪੋਸ਼ਿਤ ਵੀ ਮੇਰੇ ਅੰਦਰ ਜ਼ਿਆਦਾ ਜ਼ੋਰ ਆ, ਤੁਸੀਂ ਕਮਜ਼ੋਰ ਹੋ। ਓ ਓ ਓ ਹੋ 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 ਮੌਸਮ ਇੰਨਾ ਸੋਹਣਾ ਯਾਰ, ਹਵਾ ਚੱਲਦੀ ਹੈ, ਆ ਦੇਖੋ ਬੱਦਲ ਬਣੇ ਹੋਏ ਨੇ, ਪੂਰੇ ਛਾਏ ਹੋਏ ਨੇ, ਮੀਂਹ ਦਾ ਮੌਸਮ ਹੈ, ਮੀਂਹ ਦਾ ਮੌਸਮ ਹੈ, ਹਵਾ ਚੱਲ ਰਹੀ ਹੈ ਵਧੀਆ। ਤੇ ਆਈ ਹੋਪ ਗਾਈਸ ਯੂ ਇੰਜੋਏਡ ਦਿਸ ਵਲੌਗ, ਸੋ ਨੈਕਸਟ ਟਾਈਮ ਵੀ ਵਿਲ ਮੀਟ ਯੂ ਇਨ ਅਨਦਰ ਟੌਪਿਕ, ਆਈ ਮੀਨ ਅਨਦਰ ਐਂਟਰਟੇਨਮੈਂਟ, ਅਨਦਰ ਵਲੌਗ। ਸੋ ਇਫ ਯੂ ਲਾਈਕ ਦਿਸ ਵਲੌਗ, ਸੋ ਪਲੀਜ਼ ਲਾਈਕ, ਗਿਵ ਇਟ ਅ ਬਿਗ ਥੰਬ, ਤੇ ਵਿਊਜ਼ ਕਰ ਦੋ ਬਹੁਤ ਸਾਰੇ, ਬਹੁਤ ਸਾਰੇ ਮਤਲਬ ਬਹੁਤ ਸਾਰੇ ਬਹੁਤ ਸਾਰੇ। ਸੋ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਬਿਲੋ, ਵੀ ਤੁਹਾਨੂੰ ਦੋਨਾਂ ਚੋਂ ਸਾਡੇ ਦੋਨਾਂ ਚੋਂ ਕਿਹੜਾ ਜ਼ਿਆਦਾ ਵਧੀਆ ਲੱਗਦਾ ਵਾ, ਗਗਨ ਜਾਂ ਪ੍ਰਭ? ਪ੍ਰਭ ਨਾ ਨਾ ਨਾ, ਜੇ ਕਿਸੇ ਨੇ ਲਿਖਣਾ ਪ੍ਰਭ ਮੋਟੂ ਬਸ ਗੋਲਗੱਪਾ ਗਗਨ ਕਪੋਸ਼ਿਤ। ਤੇ ਓਕੇ ਜੀ, ਤੇ ਬਸ ਇੱਕ ਥੱਲੇ ਇੰਨਾ ਹੀ, ਲਾਲ ਰੰਗ ਦਾ ਥੱਲੇ ਸਬਸਕ੍ਰਾਈਬ ਲਿਖਿਆ ਹੋਇਆ ਵਾ, ਉਹਨੂੰ ਸਬਸਕ੍ਰਾਈਬ ਕਰ, ਘੰਟੇ ਨੂੰ ਇੰਨੀ ਜ਼ੋਰ ਦੇਣ ਵਜਾਓ ਕਿ ਘੰਟਾ ਟੁੱਟ ਜੇ। ਓਕੇ ਜੀ, ਨੈਕਸਟ ਟਾਈਮ ਵੀ ਵਿਲ ਮੀਟ ਯੂ, ਟੇਕ ਕੇਅਰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।